ਵੀ ਉਹ ਸਾਰਾ ਚਾਨਣ ਹੋਏਗਾ। ਪੁਲਿਸ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਭਾਣਾ ਕੀ ਵਾਪਰਿਆ ਅਤੇ ਕਿੰਨੇ ਮਾਰਿਆ। ਹਾਂਜੀ, ਕੀ ਨਾਮ ਹੈ ਜੀ ਅੱਡਾ ਅਤੇ ਕੀ ਪੂਰੀ ਕਰਨਾ ਹੋਈ ਹੈ ਜੀ? ਮੇਰਾ ਨਾਮ ਨਿਰਮਲ ਸਿੰਘ ਮੱਲ ਹੈ ਜੀ। ਜਿਹੜੀ ਮੰਦਭਾਗੀ ਘਟਨਾ ਹੋਈ ਆ ਉਹ ਮੇਰੇ ਭੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ, ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਰਾਤ 8 ਵਜੇ ਘਰ ਆਏ ਸੀਗੇ। ਘਰ ਆ ਕੇ ਇੱਕ ਨਾ ਪਤਾ ਲੱਗਾ ਨੂੰਹ ਰਾਣੀ ਤੋਂ ਵੀ ਉਹ ਸੌਂ ਗਏ ਸੀਗੇ। ਉਸ ਤੋਂ ਬਾਅਦ 'ਚ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ, ਫੋਨ ਕਾਲ 'ਤੇ ਉਹ ਜਾਂਦੇ ਆ, ਰਾਤ ਵਾਪਸ ਨਹੀਂ ਆਉਂਦੇ। ਸਵੇਰੇ ਪਤਾ ਕਰਨ 'ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਆ, ਉਹ ਕਹਿੰਦੇ ਜੀ ਤੁਹਾਡੀ ਮੋਟਰ 'ਤੇ ਉਹਨਾਂ ਦਾ ਕਤਲ ਹੋਇਆ ਪਿਆ। ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ 'ਤੇ ਕਤਲ ਕਰ ਦਿੱਤਾ। ਦੱਸ ਰਿਹਾ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਕਿਸੇ ਨਾਲ? ਨਹੀਂ, ਪੈਸਿਆਂ ਦਾ ਵੀਰ ਜੀ ਇੱਦਾਂ ਆ, ਫਾਈਨੈਂਸ਼ੀਅਲੀ ਕਾਇਮ ਸੀਗੇ। ਬੇਟਾ ਇੱਕ ਫੌਜ 'ਚ ਆ, ਇੱਕ ਬੇਟਾ ਇੰਗਲੈਂਡ ਆ, ਨੂੰਹ ਇੰਗਲੈਂਡ ਆ, ਫਾਈਨੈਂਸ਼ੀਅਲੀ ਕਾਇਮ ਸੀਗੇ। ਪੈਸਿਆਂ ਦਾ ਪਿੰਡਾਂ ਦੇ ਵਿੱਚ ਲੈਣ ਦੇਣ ਹੁੰਦਾ ਹੀ ਆ, ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ। ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ, ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਦਾ। ਡੀ ਆਪਣੇ SHO ਆਪਣੇ ਕਬੀਰਪੁਰ, DSP ਸੁਲਤਾਨਪੁਰ ਲੋਧੀ ਮੌਕੇ 'ਤੇ ਪਹੁੰਚੇ ਸੀਗੇ। ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਭੇਵ 'ਤੇ ਲਗਾਇਆ ਉਹਨੂੰ। ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ, ਹਜੇ ਬੋਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ ਅਤੇ ਇਨਵੈਸਟੀਗੇਸ਼ਨ 'ਤੇ ਪਤਾ ਲੱਗੇਗਾ ਕੀ ਬਣਦਾ। ਹਥਿਆਰ ਇੱਕ ਜਦੋਂ ਅਸੀਂ ਗਏ ਹਾਂ ਉੱਥੇ ਕ੍ਰਾਈਮ ਸੀਨ 'ਤੇ, ਇੱਕ ਖਾਡੇ ਦੇ ਵਿੱਚ ਲਾਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ, ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ। ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ, ਉਹ ਇਨਵੈਸਟੀਗੇਸ਼ਨ ਦੇ ਅਧੀਨ ਆ, ਉਹ ਇਨਵੈਸਟੀਗੇਸ਼ਨ 'ਤੇ ਪਤਾ ਲੱਗੇਗਾ। ਬੜਾ ਬੇਰਹਿਮੀ ਦੇ ਨਾਲ ਜਿਹੜਾ, ਬਿਲਕੁਲ ਅਸਲ ਦੇ ਵਿੱਚ ਕਤਲ ਤਾਂ ਹੁੰਦਾ ਹੀ ਬੇਰਹਿਮੀ ਨਾਲ ਆ। ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ, ਕਿਸੇ ਪਸ਼ੂ ਨੂੰ ਸੋਟਾ ਨਹੀਂ ਮਾਰਿਆ ਜਾਂਦਾ, ਜਿਹਨੇ ਵੀ ਕੀਤਾ ਉਹਨੇ ਪੱਥਰ ਦੇ ਲੋ ਕੇ ਕੀਤਾ ਆ। ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖੇ ਆ ਟਾਕਾ ਸਰੀਰ ਦੇ ਉੱਤੇ ਧੋਣ ਦੇ ਉੱਤੇ ਟਾਕਾ, ਸਿਰ ਸਾਰਾ ਫਿਸਿਆ ਪਿਆ, ਬਹੁਤ ਬੇਰਹਿਮੀ ਨਾਲ, ਜਿੱਦਾਂ ਕੋਈ ਰਾਕਸ਼ਸ ਵਿਅਕਤੀ ਦਾ ਬੰਦਾ ਹੀ ਕਰ ਸਕਦਾ ਇਹਨੂੰ।